ਅੱਜ ਅਸੀਂ ਉਰੇ ਖੜੇ ਹਾਂ ਕਿਉਂਕਿ ਪਿਛਲੇ 3 ਮਹੀਨਿਆਂ ਤੋਂ ਸਾਡੇ ਬਜ਼ੁਰਗ ਮਾਤਾ ਬੱਚੇ ਸਾਰੇ ਸੜਕਾਂ ਤੇ ਰੁੜ ਰਹੇ ਨੇ ਤੇ ਅੱਜ ਅਸੀਂ ਉਰੇ ਇਕੱਠੇ ਹੋਏ ਹਾਂ ਅੱਜ ਨਹੀਂ ਪਿਛਲੇ 1 ਹਫ਼ਤੇ ਤੋਂ ਅਸੀਂ ਲਗਾਤਾਰ ਬ੍ਰਿਸਬੇਨ ਦੀਆਂ ਸੜਕਾਂ ਤੇ ਪ੍ਰਦਰਸ਼ਨ ਕਰ ਰਹੇ ਹਾਂ ਜਦ ਤੱਕ ਮੋਦੀ ਆਪਣੇ ਆਹ 3 ਕਾਨੂੰਨ ਵਾਪਸ ਨਹੀਂ ਲਊਗਾ ਇੰਡੀਆ 'ਚ ਵੀ ਬਾਹਰਲੇ ਮੁਲਕਾਂ 'ਚ ਰਹਿੰਦੇ ਜਿੰਨੇ ਵੀ ਪੰਜਾਬੀ ਭਾਰਤੀ ਨੇ ਸਾਰੇ ਸੜਕਾਂ ਤੇ ਆ ਕੇ ਮੋਦੀ ਦੇ ਖਿਲਾਫ਼ ਪ੍ਰਦਰਸ਼ਨ ਕਰਾਂਗੇ ਤੇ ਜਦ ਤੱਕ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਉਦੋਂ ਤੱਕ ਅਸੀਂ ਘਰੇ ਨਹੀਂ ਬੈਠਾਂਗੇ ਜੇ ਹੱਕ ਨਹੀਂ ਮਿਲਣਗੇ ਤਾਂ ਅਸੀਂ ਆਪਣੇ ਹੱਕ ਖੋ ਕੇ ਲਵਾਂਗੇ ਸਾਡਾ ਇੰਡੀਆ ਡੈਮੋਕ੍ਰੇਸੀ ਲਈ ਮਸ਼ਹੂਰ ਸੀਗਾ ਇਹ ਇਟਸ ਅ ਬਿਗੇਸਟ ਡੈਮੋਕ੍ਰੇਸੀ ਇਨ ਦਾ ਵਰਲਡ ਪਰ ਜਿਹੜੇ ਹੁਣ ਗਵਰਨਮੈਂਟ ਦੇ ਐਕਸ਼ਨਸ ਨੇ ਉਹ ਇਹ ਪ੍ਰੂਵ ਕਰਦੇ ਨੇ ਕਿ ਹੁਣ ਇਹ ਡੈਮੋਕ੍ਰੇਸੀ ਨਹੀਂ ਰਹੀ ਇਹ ਹੁਣ ਡਿਕਟੇਟਰਸ਼ਿਪ ਹੋ ਗਈ ਆ ਸ਼ਲਾਘਾਯੋਗ ਹੈ ਉਹਨਾਂ ਦੇ ਯਤਨ ਮੈਂ ਹੌਸਲਾ ਅਫਜ਼ਾਈ ਕਰਦਾ ਉਹਨਾਂ ਲੋਕਾਂ ਦੀ ਉਹਨਾਂ ਨੌਜਵਾਨ ਵੀਰਾਂ ਦੀ ਤੇ ਉਹਨਾਂ ਬਜ਼ੁਰਗਾਂ ਦੀ ਜਿਹੜੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਦਿੱਲੀ ਜਾ ਕੇ ਇਸ ਟਾਈਮ ਬੈਠੇ ਹੋਏ ਨੇ ਤਾਂ ਅਸੀਂ ਸਾਰੇ ਜਿੰਨੇ ਵੀ ਇੱਥੇ ਵੀਰ ਭੈਣ ਭਰਾ ਇਕੱਠੇ ਹੋਏ ਆ ਅਸੀਂ ਉਹਨਾਂ ਦਾ ਸਹਿਯੋਗ ਕਰਦੇ ਆ ਅਸੀਂ ਉਹਨਾਂ ਨੂੰ ਹੌਸਲਾ ਦਿੰਦੇ ਆ ਕਿ ਚਾਹੇ ਅਸੀਂ ਸੱਤ ਸਮੁੰਦਰ ਪਾਰ ਬੈਠੇ ਆ ਪਰ ਹਮੇਸ਼ਾ ਅਸੀਂ ਉਹਨਾਂ ਦੇ ਸਾਥ ਦੇ ਵਿੱਚ ਖੜੇ ਰਹਾਂਗੇ ਤੇ ਉਹਨਾਂ ਦਾ ਸਾਥ ਦੇਵਾਂਗੇ ਸੋ ਅਸੀਂ ਇਹਨਾਂ ਦੇ ਕੰਨ ਖੋਲਣਾ ਚਾਹੁੰਦੇ ਆ ਦੇਸ਼ ਨੇ ਤੁਹਾਨੂੰ ਚੁਣਿਆ ਆ ਸੋ ਕਿਸਾਨਾਂ ਨੂੰ ਕਿਸਾਨਾਂ ਦਾ ਬਣਦਾ ਹੱਕ ਦਿਓ ਉਹ ਕੁਝ ਜ਼ਿਆਦਾ ਨਹੀਂ ਮੰਗ ਰਿਹਾ ਸੋ ਜਿਹੜੇ ਇਹਦੇ ਬਿੱਲ ਤੁਸੀਂ ਲੈ ਕੇ ਆਏ ਆ ਇਹਨਾਂ ਨੂੰ ਵਾਪਸ ਲਓ ਤੇ ਕਿਸਾਨ ਆਪਣੇ ਜਿਹੜੇ ਆ ਆਪਣੇ ਕੰਮਾਂ ਕਾਰਾਂ ਦੇ ਲੱਗਣ ਸਾਰਾ ਕੁਝ ਕਰ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਦੋਸਤੋ ਅੱਜ ਅਸੀਂ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਬ੍ਰਿਸਬੇਨ ਸ਼ਹਿਰ ਅੱਜ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਜੋ ਪੰਜਾਬੀ ਮੁੰਡੇ ਭਾਰਤੀ ਲੋਕ ਇੱਥੇ ਇਕੱਠੇ ਹੋਏ ਨੇ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਹ ਉਸ ਕਾਨੂੰਨ ਦੀ ਗੱਲ ਹੈ ਜੋ ਮੋਦੀ ਸਰਕਾਰ ਲੈ ਕੇ ਆਈ ਹੈ ਜਿਹਦੇ ਪਿੱਛੇ ਸਾਡਾ ਇੱਕ ਇੱਕ ਪੰਜਾਬੀ ਸਾਡਾ ਇੱਕ ਇੱਕ ਭਾਰਤੀ ਇੱਕ ਇੱਕ ਕਿਸਾਨ ਇਹਦੀ ਦੁਹਾਈ ਦਿੰਦਾ ਦਿੱਲੀ ਦੇ ਵਿੱਚ ਉਹ ਪਿੱਟ ਸਿਆਪਾ ਕਰ ਰਿਹਾ ਅੱਜ ਤੁਹਾਨੂੰ ਦਿਖਾਉਂਦੇ ਹਾਂ ਕਿ ਇਹ ਵੀਰ ਬਜ਼ੁਰਗ ਭੈਣਾਂ ਛੋਟੇ ਛੋਟੇ ਬੱਚੇ ਵੀ ਇੱਥੇ ਪਹੁੰਚੇ ਨੇ ਆਹ ਉਹਨਾਂ ਨੂੰ ਪੁੱਛਦੇ ਹਾਂ ਕਿ ਉਹ ਇੱਥੇ ਕਿਉਂ ਆਏ ਨੇ ਅਤੇ ਕੀ ਉਹਨਾਂ ਦਾ ਦੁੱਖ ਹੈ ਕੀ ਉਹਨਾਂ ਦਾ ਦਰਦ ਹੈ ਆਓ ਅੱਜ ਸਾਰਿਆਂ ਦੇ ਨਾਲ ਸਾਂਝਾ ਕਰਦੇ ਹਾਂ ਆਓ ਗੱਲ ਕਰਦੇ ਹਾਂ ਆਪਣਾ ਜੋ ਵੀ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਦੀਪ ਸਿੰਘ ਪੁੰਨੀਆ ਮੈਂ ਹਰਿਆਣੇ ਤੋਂ ਰਹਿਣ ਵਾਲਾ ਅਤੇ ਅੱਜ ਅਸੀਂ ਉਰੇ ਖੜ੍ਹੇ ਹਾਂ ਕਿਉਂਕਿ ਪਿਛਲੇ 3 ਮਹੀਨਿਆਂ ਤੋਂ ਸਾਡੇ ਬਜ਼ੁਰਗ ਮਾਤਾ ਬੱਚੇ ਸਾਰੇ ਸੜਕਾਂ 'ਤੇ ਰੁੜ ਰਹੇ ਨੇ ਅਤੇ ਅੱਜ ਅਸੀਂ ਉਰੇ ਇਕੱਠੇ ਹੋਏ ਹਾਂ ਅੱਜ ਨਹੀਂ ਪਿਛਲੇ 1 ਹਫ਼ਤੇ ਤੋਂ ਅਸੀਂ ਲਗਾਤਾਰ ਬ੍ਰਿਸਬੇਨ ਦੀਆਂ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਾਂ ਜਦ ਤੱਕ ਮੋਦੀ ਆਪਣੇ ਆਹ 3 ਕਾਨੂੰਨ ਵਾਪਸ ਨਹੀਂ ਲਊਗਾ ਇੰਡੀਆ 'ਚ ਵੀ ਬਾਹਰਲੇ ਮੁਲਕਾਂ 'ਚ ਰਹਿੰਦੇ ਜਿੰਨੇ ਵੀ ਪੰਜਾਬੀ ਭਾਰਤੀ ਨੇ ਸਾਰੇ ਸੜਕਾਂ 'ਤੇ ਆ ਕੇ ਮੋਦੀ ਦੇ ਖਿਲਾਫ਼ ਪ੍ਰਦਰਸ਼ਨ ਕਰਾਂਗੇ ਅਤੇ ਜਦ ਤੱਕ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਉਦੋਂ ਤੱਕ ਅਸੀਂ ਘਰੇ ਨਹੀਂ ਬੈਠਾਂਗੇ ਜੇ ਹੱਕ ਨਹੀਂ ਮਿਲਣਗੇ ਤਾਂ ਅਸੀਂ ਆਪਣੇ ਹੱਕ ਖੋ ਕੇ ਲਵਾਂਗੇ ਸਤਿ ਸ਼੍ਰੀ ਅਕਾਲ ਮੈਂ ਅਮਰੀਕ ਸਿੰਘ ਫਤਿਹਗੜ੍ਹ ਸਾਹਿਬ ਤੋਂ ਬੋਲ ਰਿਹਾ ਠੀਕ ਹੈ ਜੀ ਅਤੇ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿੰਦੇ ਹੋ ਜਾਂ ਅੱਛਾ ਜੀ ਹਾਂ ਵੈਸੇ ਟੂਰਿਸਟ ਆਇਆ ਠੀਕ ਹੈ ਬੱਚੇ ਨੇ ਮਤਲਬ ਬੱਚੇ ਰਹਿੰਦੇ ਹੋ ਠੀਕ ਹੈ ਬੱਚੇ ਕਰਕੇ ਆਇਆ ਅਤੇ ਕਿਸਾਨ ਤਾਂ ਉੱਥੇ ਭਾਰਤ ਦੇ ਵਿੱਚ ਸੜਕਾਂ 'ਤੇ ਹੈ ਅੱਜ ਜਿਹੜਾ ਮਖਮਲੀ ਗੱਦਿਆਂ 'ਤੇ ਸੌਣ ਵਾਲਾ ਅੱਜ ਉਹ ਸੜਕਾਂ 'ਤੇ ਸੌਣ ਲਈ ਮਜਬੂਰ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਮੋਦੀ ਨੇ ਕਾਨੂੰਨ 3 ਲੱਤੇ ਵਾਪਸ ਹੋਣੇ ਚਾਹੀਦੇ ਨੇ ਬਹੁਤ ਗਲਤ ਕਾਨੂੰਨ ਨੇ ਜੀ ਮੇਰੇ ਬਾਅਦ ਕਹਿ ਰਹੇ ਨੇ ਕਿ ਜਿਹੜੇ ਉਹ ਕਾਨੂੰਨ ਆਏ ਨੇ ਉਹ ਵਾਪਸ ਹੋਣੇ ਚਾਹੀਦੇ ਆ ਤਾਂ ਦੇਖੋ ਤੁਸੀਂ ਦੇਖ ਸਕਦੇ ਛੋਟੇ ਛੋਟੇ ਬੱਚੇ ਉਹਦੇ ਵਿੱਚ ਕੁਝ ਸਾਡੇ ਨਾਲ ਭੈਣਾਂ ਵੀ ਨੇ ਅਤੇ ਆਓ ਇਹਨਾਂ ਨਾਲ ਵੀ ਗੱਲ ਕਰਦੇ ਜਾਣਦੇ ਹਾਂ ਸਾਰਿਆਂ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਵੀਰਾਂ ਨੂੰ ਭੈਣਾਂ ਨੂੰ ਮਾਮਾ ਨੂੰ ਅਤੇ ਪਿਤਾਵਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਇੱਥੇ ਅਸੀਂ ਬ੍ਰਿਸਬੇਨ ਦੇ ਵਿੱਚ ਇਕੱਠੇ ਹੋਏ ਹਾਂ ਤਾਂ ਕਿ ਅਸੀਂ ਮੋਦੀ ਦੇ ਕਾਨੂੰਨਾਂ ਨੂੰ ਵਾਪਸ ਕਰ ਸਕੀਏ ਅਸੀਂ ਮੇਰਾ ਨਾਂ ਸੰਦੀਪ ਕੌਰ ਚੋਹਲ ਹੈ ਅਤੇ ਮੈਂ ਇੱਥੇ ਬ੍ਰਿਸਬੇਨ ਕਾਰਸਲ ਡਾਈਨ ਦੀ ਰਹਿਣ ਵਾਲੀ ਹਾਂ ਅਤੇ ਮੇਰਾ ਪਿਛੋਕੜ ਪੰਜਾਬ ਤੋਂ ਜ਼ਿਲ੍ਹਾ ਲੁਧਿਆਣਾ ਤੋਂ ਹੈ ਅਸੀਂ ਇੱਥੇ ਆਏ ਹਾਂ ਕਿਉਂਕਿ ਮੋਦੀ ਨੇ 3 ਆਰਡੀਨੈਂਸ ਪਾਸ ਕੀਤੇ ਨੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਸਾਡੇ ਮਾਂ ਪਿਓ ਸੜਕਾਂ 'ਤੇ ਰੋੜ ਰਹੇ ਨੇ ਪਿਛਲੇ 3 ਮਹੀਨਿਆਂ ਤੋਂ ਅਸੀਂ ਉਹਨਾਂ ਕਾਨੂੰਨਾਂ ਨੂੰ ਨਹੀਂ ਮੰਨਦੇ ਜੋ ਸਾਡੇ ਹੱਕਾਂ ਦੇ ਵਿਰੁੱਧ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਇੱਥੇ ਬ੍ਰਿਸਬੇਨ ਦੇ ਵਿੱਚ ਇਕੱਠੇ ਹੋਏ ਹਾਂ ਅਤੇ ਮੈਂ 2 ਗੱਲਾਂ ਹੀ ਬੋਲਾਂਗਾ ਸਿਰਫ ਜ਼ਿਆਦਾ ਮੈਂ ਗੱਲ ਨਹੀਂ ਕਰੂੰਗਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਇੰਡੀਆ ਜਿਹੜਾ ਭਾਰਤ ਜਿੱਦਾਂ ਸਾਡੀ ਯੂਨਿਟੀ ਹੈ ਡਾਈਵਰਸਿਟੀ ਯੂਨਿਟੀ ਇਨ ਡਾਈਵਰਸਿਟੀ ਲਈ ਮਸ਼ਹੂਰ ਸੀਗਾ ਸਾਡਾ ਇੰਡੀਆ
डेमोक्रेसी लिए मशहूर सके। इट्स द बिगेस्ट डेमोक्रेसी इन द वर्ल्ड, पर जेडे हुण गवर्नमेंट के एक्शन ने वो ये प्रूव करते हैं कि हुण डेमोक्रेसी नहीं रही, हुण डिक्टेटरशिप हो गई आ, क्योंकि साडे किसान वीर दिल्ली से जाके धरने से बैठे हुए ने, उन्हां दी गल सुनन की बजाय उन्हां नूं उलझाउण की कोशिश की जा रही है। पर शलाघा योग है उन्होंने यतन, मैं हौसला अफजाई करदा उन्होंने लोगों की, उन्होंने नौजवान वीर की, उन्होंने बजुर्गों की जेडे हजारां लखां की गिणती दे विच दिल्ली जाके इस टाइम बैठे हुए हैं। तो असीं सारे जिन्हें भी इत्थे वीर भैन भरा इकट्ठे हुए हैं, असीं उन्हों का सहयोग करते हैं, असीं उन्हों हौसला देने कि चाहे असीं सत्त समुद्र पार बैठे हाँ पर हमेशा असीं उन्हों के साथ दे विच खड़े रहांगे ते उन्हों का साथ देवांगे। धन्यवाद जी। हाँ जी भाई, सब तो पहला जी गुरु की बख्शी हुई फतेह प्रवान करो जी। वाहेगुरु जी का खालसा वाहेगुरु जी की फतेह। देखो जी, सारे नूं पता आ बई जिहड़ा देश आ गौरमेंट आ, गौरमेंट नूं इक देश बणाउंदा है, पर इह जिहड़े मोदी भगत आ जिन्ने भी जां मोदी दी गौरमेंट आ, इहनां नूं लगदा नहीं असीं सारा कुछ आ। सो असीं इहनां दे कन्न खोलणा चाहुंदे आ, देश ने तुहानूं चुणिआ आ, सो किसानां नूं किसानां दा बणदा हक दिओ, उह कुछ ज़्यादा नहीं मंग रहे। सो जिहड़े जिहड़े बिल तुसीं लै के आए आ इहनां नूं वापस लओ, ते किसान अपने जिहड़े आ अपने कम्मां कारां ते लगण सारा कुछ कर, यही बेनती है जी। थैंक यू। ये कदों तो इतने धरना दे रहे हो जी? भाई पिछले एक वीक तो असं धरना दे रहे हैं, पर अच्छ साडा उरे पहला दिन है। उसको पहला असं होर सिटी धरना दे रहे हैं, जी प्रेसिडेंट की मेन सिटी है, होर भी बख बख थावां ते सारे मित्र भैन भरा सारे जने कि ना कि गुजारा कर। भाई एक मेरा लास्ट मैसेज है कंगना रणौत नूं है, उन्हें एक साड़ी माँ नूं 100 रुपए से आई हुई एक दिहाड़ीदार औरत कहा सीगा, कंगना रणौत तैनू मैं ये गल कहना, जे तू साडे खेत दिहाड़ी करदी आ मैं तैनू एक दिन का $100 अपने पल्लों पाया करूँगा, जेडे तू शब्द साड़ी माँ नूं कहे ने ये तैनू वापस लेने पैणगे, नहीं तेरे कदे पंजाब चाई नाल तेरे नाल साड़ी झट होऊगी। थैंक यू जी। जिवें कि तुसीं देख सकते हो पूरा किसानों के जो भी इतने एक एक बंदा किसान नू रिप्रजेंट करता, किसानी नू रिप्रजेंट करता, जिहड़ा इन्हां दा दुख है, जिहड़ा इन्हां दा दर्द है, ये डुल डुल के पै रहा है, पर इन्हां दी दात देनी बनती है कि ये विदेशों के विच रह के भी अपने उस पंजाब दे नाल अपने उस भारत दे नाल जुड़े हुए ने। सो ब्रिस्बेन की धरती तो सुखविंदर टीनू, धन्यवाद।